ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਹੈ ਤੁਹਾਡਾ ਸਾਰਿਆਂ ਦਾ? ਅਸੀਂ ਸਾਰੇ ਠੀਕ ਹਾਂ, ਸਕਾਰ ਦਿਆਂਗੇ। ਤੁਸੀਂ ਵੀ ਸਾਰੇ ਠੀਕ ਹੋਵੋਗੇ। ਅਸੀਂ ਅੱਜ ਮੰਜੇ ਨਾਲ ਲੱਗੇ ਹਾਂ। ਐਕਚੁਅਲੀ ਅਸੀਂ ਤਾਂ ਮੈਡੀਸਨ ਲੈ ਕੇ ਆਏ ਹਾਂ, ਇੱਧਰ ਬੱਚੇ ਆ ਗਏ ਸਕੂਲ ਤੋਂ, ਅਤੇ ਉਹ ਮਨਪ੍ਰੀਤ ਆਪਣਾ ਫੋਰਮ ਫਿਲ ਕਰ ਰਿਹਾ ਹੈ, ਮੈਂ ਥੋੜ੍ਹਾ ਟਾਈਮ ਵਾਸਤੇ ਰੈਸਟ ਕਰਨ ਵਾਸਤੇ ਲੰਮੇ ਪਈ ਹਾਂ। ਮੱਟੂ ਵੀ ਖਾ ਰਿਹਾ ਹੈ, ਮੱਟ ਦੀ ਆਵਾਜ਼ ਵੀ ਨਹੀਂ ਨਿਕਲਦੀ। ਮੇਰੇ ਉੱਤੇ ਸਿੱਟੀ ਜਾਂਦੀ ਆ। ਮੈਂ ਥੋੜ੍ਹਾ ਟਾਈਮ ਰੈਸਟ ਕਰਨ ਵਾਸਤੇ ਲੰਮੇ ਪਈ ਹਾਂ, ਅਤੇ ਤੁਹਾਡੇ ਅੱਗੇ ਸਭ ਤੋਂ ਪਹਿਲਾਂ ਰਿਕੁਐਸਟ ਹੈ ਕਿ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਇਓ ਤਾਂ ਮੇਰੇ ਚੈਨਲ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਿਉਂਕਿ ਆਉਣ ਵਾਲੇ ਟਾਈਮ ਵਿੱਚ ਨਿਊ ਵੀਡੀਓਜ਼ ਜਿਹੜੀਆਂ ਆ ਰਹੀਆਂ। ਸਾਡਾ ਸੋਫਾ ਵੀ ਬਣ ਕੇ ਆ ਚੁੱਕਾ ਵਾ, ਉਹਦੀ ਇੱਕ ਸੈਪਰੇਟ ਵੀਡੀਓ ਆਊਗੀ। ਜੇ ਤੁਸੀਂ ਉਹਦੀ ਵੀਡੀਓ ਚਾਹੁੰਦੇ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ, ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣਾ। ਅਮਨਪ੍ਰੀਤ ਕੀ ਕਰ ਰਿਹਾ? ਅਮਨਪ੍ਰੀਤ ਆਪਣੀ ਡਾਇਰੀ ਦੇ ਫੋਰਮ ਫਿਲ ਕਰ ਰਿਹਾ ਹੈ, ਅਤੇ ਇਹ ਵੀ ਹੁਣੇ ਸਕੂਲ ਤੋਂ ਆਏ ਅਸੀਂ ਲੈ ਕੇ ਆਏ ਹਾਂ। ਹੁਣ ਅਸੀਂ ਥੱਕੇ ਹੋਏ, ਥੋੜ੍ਹਾ ਟਾਈਮ ਨੀਂਦ ਆਉਂਦੀ ਆ, ਬਟ ਕੋਈ ਆ ਰਿਹਾ ਹੈ ਉਹਦੀ ਵੇਟ ਹੋ ਰਹੀ ਆ, ਨਹੀਂ ਤਾਂ ਮੇਰੇ ਵਰਗੇ ਹੁਣ ਸੌ ਜਾਣਾ ਸੀ ਇੱਦਾਂ ਕਰਕੇ। ਪਰ ਹੁਣ ਨੀਂਦ ਤਾਂ ਆ ਰਹੀ ਆ, ਪਰ ਨਹੀਂ ਸੌ ਨਹੀਂ ਸਕਦੇ। ਅਤੇ ਚਲੋ ਜੀ, ਹੁਣ ਆਪਾਂ ਫਟਾਫਟ ਵੇਹਦੇ ਹਾਂ, ਇਹਨਾਂ ਨੂੰ ਕੁਛ ਖਵਾਈਏ ਖਵਾਈਏ। ਕੀ ਖਾਓਗੇ ਅੱਜ? ਅੱਜ ਕੁਛ ਨਹੀਂ ਖਾਣਾ ਕਿਉਂਕਿ ਅੱਜ ਇਹਨਾਂ ਦੀ ਗਿਫਟ ਆ ਰਿਹਾ, ਗਿਫਟ ਸਰਪ੍ਰਾਈਜ਼ ਨਹੀਂ, ਜਾਣੀ ਕਿ ਪਤਾ ਤਾਂ ਇਹਨਾਂ ਨੂੰ ਹੈਗਾ ਕੀ ਆ ਰਿਹਾ ਵਾ, ਬਟ ਗਿਫਟ ਆ ਰਹੇ ਕੋਈ ਇਹ ਨਹੀਂ ਸੀ ਹੈਗਾ ਵੀ ਇਸ ਮਹੀਨੇ ਦੇ ਵਿੱਚ ਇਹਨਾਂ ਦੇ ਗਿਫਟ ਆਉਣਗੇ। ਉਹੀ ਇੱਕ ਤਰ੍ਹਾਂ ਦਾ ਸਰਪ੍ਰਾਈਜ਼ ਆ ਵੀ ਗਿਫਟ ਆ ਰਹੇ ਆ, ਅਤੇ ਕੀ ਗਿਫਟ ਆ ਰਹੇ ਆ ਅਤੇ ਉਹ ਤੁਹਾਨੂੰ ਦਿਖਾਉਂਦੇ ਹਾਂ। ਉਸ ਤੋਂ ਪਹਿਲਾਂ ਤੁਸੀਂ ਮੈਂ ਦੋ ਵੀਡੀਓ ਸ਼ੂਟ ਕੀਤੀਆਂ ਛੋਟੀਆਂ ਛੋਟੀਆਂ, ਇੱਕ ਗਾਰਡਨਿੰਗ ਰਿਲੇਟਿਡ ਆ ਅਤੇ ਇੱਕ ਹੈਗੀ ਆ ਸ਼ੋਪਿੰਗ ਰਿਲੇਟਿਡ। ਉਹ ਵੀਡੀਓ ਤੁਸੀਂ ਇੰਜੋਏ ਕਰਕੇ ਆਓ, ਅਤੇ ਫਿਰ ਜੋ ਸਾਡੇ ਗਿਫਟ ਆਉਣਗੇ ਉਹ ਅਸੀਂ ਤੁਹਾਨੂੰ ਦਿਖਾਵਾਂਗੇ। ਵੀਡੀਓ ਨੂੰ ਪੂਰਾ ਵੇਖਣਾ, ਸਕਿਪ ਬਿਲਕੁਲ ਨਾ ਕਰਨਾ। ਚਲੋ ਮਿਲਦੇ ਹਾਂ, ਤੁਸੀਂ ਉਹ ਵੀਡੀਓ ਦੋਵੇਂ ਜਿਹੜੀਆਂ ਦੇਖ ਕੇ ਆਓ। ਮੈਂ ਬਣਾਉਣ ਲੱਗੀ ਹਾਂ ਇੱਕ ਟਿਓਪੈਰੀ, ਜਾਣੀ ਕਿ ਇੱਕ ਦੀ ਦੋ ਟਿਓਪੈਰੀ ਆ। ਪੀਕੋਕ ਟਿਓਪੈਰੀ ਜਿਹੜੀ ਉਹ ਮੇਰੀ ਪਹਿਲਾਂ ਦੀ ਬਣੀ ਹੋਈ ਆ, ਉਹਨੂੰ ਥੋੜ੍ਹਾ ਟ੍ਰਿਮ ਕਰਾਂਗੀ। ਥੋੜ੍ਹਾ ਕੁ ਉਹਦੇ ਜਿਹੜਾ ਥਰੈਡ ਕੀਤਾ ਸੀਗਾ ਰੋਲ ਆਊਟ, ਉਹ ਥੋੜ੍ਹਾ ਟੁੱਟ ਗਿਆ ਕਰਕੇ ਉਹਨੂੰ ਫਿਰ ਦੁਬਾਰਾ ਤੋਂ ਥੋੜ੍ਹਾ ਕੁ ਕਰਨਾ ਪਊਗਾ। ਅਤੇ ਇਹ ਮੈਂ ਬਣਾਈ ਇੱਕ ਹਾਰਟ ਸ਼ੇਪ ਟਿਓਪੈਰੀ, ਜਿਹੜੀ ਕਿ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਨੇੜਿਓ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੀ ਬਣੀ ਆ। ਥੋੜ੍ਹਾ ਮੇਰਾ ਹਾਰਟ ਜਿਹੜਾ ਉਹ ਰਿੰਗ ਸੀਗਾ ਉਹ ਵੱਡਾ ਹੋ ਗਿਆ, ਪਲਾਂਟ ਹਾਲੀ ਛੋਟਾ ਹੈ ਤਾਂ ਹੌਲੀ ਹੌਲੀ ਬਟ ਜਿਹੜਾ ਵਾ ਉਹ ਕਵਰ ਕਰ ਲਏਗਾ ਕਿਉਂਕਿ ਪਲਾਂਟ ਜਿਹੜੇ ਆ ਕਾਫੀ ਵੱਧਦੇ ਰਹਿੰਦੇ ਆ। ਇਹ ਹੈਗਾ ਜੈੱਡ ਪਲਾਂਟ, ਅਗਰ ਤੁਹਾਡੇ ਘਰ ਜੈੱਡ ਪਲਾਂਟ ਹੈਗਾ ਤਾਂ ਤੁਸੀਂ ਈਜ਼ਲੀ ਕਿਸੇ ਵੀ ਸ਼ੇਪ ਦੇ ਵਿੱਚ ਤੁਸੀਂ ਆਪਣਾ ਇਮੈਜੀਨੇਸ਼ਨ ਕਰਕੇ ਕੋਈ ਵੀ ਟਿਓਪੈਰੀ ਜਿਹੜੀ ਆ ਉਹ ਬਣਾ ਸਕਦੇ ਕਿਉਂਕਿ ਬਹੁਤ ਸੋਹਣੀ ਲੱਗਦੀ ਆ। ਇਹ ਪਲਾਂਟ ਈਜ਼ਲੀ ਗਰੋ ਹੋ ਜਾਂਦਾ, ਛੋਟੀ ਛੋਟੀ ਕਟਿੰਗ ਤੋਂ ਗਰੋ ਹੋ ਜਾਂਦਾ। ਛੋਟੀ ਜਿਹੀ ਕਟਿੰਗ ਤੁਹਾਨੂੰ ਕਿਤੇ ਮਿਲਦੀ ਆ ਤਾਂ ਤੁਸੀਂ ਲਿਆ ਕੇ ਲਾ ਸਕਦੇ ਹੋ। ਤਾਂ ਇਹਦੀਆਂ ਜਿਹੜੀਆਂ ਬਹੁਤ ਸੋਹਣੀਆਂ ਸੋਹਣੀਆਂ ਟਿਓਪੈਰੀਜ਼ ਜਿਹੜੀਆਂ ਵਾ ਆਪਣੇ ਗਾਰਡਨ ਨੂੰ ਡੈਕੋਰੇਟ ਕਰਨ ਵਾਸਤੇ ਬਣ ਜਾਂਦੀਆਂ। ਅਤੇ ਹੁਣ ਜਿਹੜੀ ਮੇਰੀ ਪੀਕੋਕ ਟਿਓਪੈਰੀ ਆ ਮੈਂ ਉਹਨੂੰ ਬਣਾਉਣ ਲੱਗੀ ਹਾਂ, ਅਤੇ ਉਹਦੇ ਵਾਸਤੇ ਜਿਹੜਾ ਮੈਂ ਕੈਮਰਾ ਉਹ ਸ਼ਾਇਦ ਅਮਨਪ੍ਰੀਤ ਨੂੰ ਫੜਾਇਆ ਹੋਇਆ, ਹੋਮਨ ਆ ਕੇ ਦਿਲਰਾਜ਼ ਆਈ ਡੋਂਟ ਨੋ ਉਹਨਾਂ ਵਿੱਚੋਂ ਕਿਸੇ ਨੇ ਫੜਿਆ ਹੋਇਆ, ਤਾਂ ਕਿ ਤੁਹਾਨੂੰ ਨੇੜਿਓ ਦਿਖਾ ਸਕਾਂ। ਅਤੇ ਇਹ ਜਿਹੜੀ ਮੇਰੀ ਟਿਓਪੈਰੀ ਆ ਇਹਦੇ ਜਿਹੜੇ ਥਰੈਡ ਸੀਗੇ ਉਹ ਟੁੱਟ ਗਏ ਹੋਏ ਸੀ, ਅਤੇ ਮੈਂ ਦੁਬਾਰਾ ਜਿਹੜਾ ਵਾ ਉਹਨੂੰ ਰੋਪੀ ਨਾਲ ਲਾ ਰਹੀ ਹਾਂ। ਅਤੇ ਇਹਨੂੰ ਹੁਣ ਸਾਰਾ ਬਲੇਟ ਕੇ ਧਾਗੇ ਨੂੰ ਚੰਗੀ ਤਰ੍ਹਾਂ, ਜਿਹੜੇ ਧਾਗੇ ਦਿਖਦੇ ਆ ਕੁਛ ਟਾਈਮ ਬਾਅਦ ਜਿਹੜੇ ਆ ਦਿਖਣੋਂ ਹਟ ਜਾਂਦੇ ਆ, ਅਤੇ ਇਹਨੂੰ ਇਸ ਤਰ੍ਹਾਂ ਕਰਕੇ ਚੰਗੀ ਤਰ੍ਹਾਂ ਜਿਹੜਾ ਵਾ ਰਪੇਟ ਲੈਣਾ। ਅਤੇ ਫਿਰ ਇਹਨੂੰ ਆਪਾਂ ਟ੍ਰਿਮ ਕਰ ਲਵਾਂਗੇ, ਜਿੱਥੋਂ ਜਿੱਥੋਂ ਆਪਾਂ ਨੂੰ ਲੱਗੂਗਾ ਜ਼ਿਆਦਾ ਇਹ ਉੱਥੋਂ ਉੱਥੋਂ ਆਪਾਂ ਕੱਟ ਲਵਾਂਗੇ। ਅਤੇ ਬਾਕੀ ਹੌਲੀ ਹੌਲੀ ਜਿਹੜੀ ਸ਼ੇਪ ਆ ਆਪਣੇ ਆਪ ਜਿਹੜੀ ਬੜੀ ਸੋਹਣੀ ਲੈ ਲੈਂਦੇ ਆ। ਇਹ ਬਣ ਗਈ ਪੀਕੋਕ ਦੀ ਗਰਦਨ, ਅਤੇ ਹੁਣ ਆਪਾਂ ਇਹਦੀ ਬੋਡੀ ਜਿਹੜੀ ਆ ਉਹ ਖੁੱਲ੍ਹ ਗਈ ਆ, ਉਹ ਵੀ ਜਿਹੜੀ ਆ ਸੈੱਟ ਕਰ ਲਵਾਂਗੇ।
खरीद रहा है। शबाज केड़ी लेनी है? चल लास की लेना। परली जाने देखा नहीं? हाली नहीं उधर नहीं गए, हाली तो इतने की डिग पिया। हाली तो आ बड़ी सोने आ खड़ी है पीजे वास्ते आही डेकोरेशन। बहुत सोना न्यू न्यू समान आया। हाँ वे वाह कितना सोना है ना। नाग अमन कैंडल होल्डर भी है इधर वे। हाँ वे तू चीज इधर आने के अबरास की बोतल तांबे की बोतल नाल दो गिलास 1100 रुपए दे 1100 कुछ दे पित्तल दे कुकर सारा न्यू आया। मन कर रहा है कि सारा कुछ खरीद के लै जाइए। इधर फर्नीचर हैगा वा काफ़ी सोहना ते इधर बाकी समान ते जी नहीं कर रहा जानू जी करता जो कुछ भी हैगा वा सारा कुछ लै लिए। लाइट बहुत ज़्यादा वजदी पई है उदा करके थोड़ा आ रही है पिक भी होर तरह की आ रही है। इधर मिक्सी ग्राइंडर वगैरह कैटल्स वगैरह हैगी आ नीचे भी है उपर वाले फ्लोरते आए हैं सोना। आई होप के तुसी ओ जिहड़ी वीडियो वेख लियो खूब इंजॉय किया होगा। डेकोरेट दीआं चीज़ां दा जानी कि डेकोरेट नहीं कुछ किचन च यूज होने वाली हैं कुछ डेकोरेट जिस तरह मर्जी उन्होंने यूज कर सकते हैं। तो जिहड़ियां मैं एक टेम्पररी बनाई उहदा कुछ डिटेल फिर किसी वीडियो दे विच शेयर करूँगी। अज तुहानूं दिखाऊँगी जिहड़ी मैं थोड़ा नेड़े दिखाऊँगी। उस दिन हनेरा हो गया सी जिहड़ी टेम्पररी बनाउंदे ते हुण जिहड़ा असीं सुबह तो बेसबरी नाल इंतजार कर रहे सीगे उह समान साडा आ चुक्या है। तो असीं करन लगे हां अनबॉक्सिंग ते बच्चे भी आ चुके आ। कौन कौन आया? किन्ना एक्साइटेड है की है? इधर आके दस ना किन्ना एक्साइटेड आ चेतन ज्योत। चेतन ज्योत लई छोटा जिहा गिफ्ट आ बच्चे लई छोटी जी चीज़ भी किन्नी मायने रखती है ना। ते बस की आंदे हुंदे आ चलो परमात्मा इन्हां जोगा दिंदा रहे इन्हां नूं। नहीं लभी कोई नहीं। ते इधर ओमन प्रीत किन्नी एक्साइटमेंट किन्ना एक्साइटेड ओमन है हैं बड़ा। चलो हुण तुहानूं दिखाउने आ इन्हां लई की गिफ्ट आया वा। इहदी करदे अनबॉक्सिंग। साडा जिहड़ा समान आ ये आ चुका वा। कित्थों आया वा ये किसी फिर ब्लॉग में शेयर करांगे बट ये आया है इन्हां दे पापा ने भेजा है। तो ये समान जिहड़ा वा बजरी भी भेजी है कि पापा ने इधर मम्मा बजरी भी भेजी है देखो हम बजरी खाएंगे। आ वेखो आ लगदे ना डेबल्स है ना जिस तरह स्टोन कलरफुल स्टोन जिस तरह मन करता है इन्हों किसी गमले के जालिए बट चॉकलेट आना फंगस लग जूगी कीड़िया लग जाएगी। इधर दिलरात खोल लगी है ये की निकलता है इन्होंने ये वास्ते कोई एक्साइटेड नहीं। शहबाज दी सॉक्स मेरी ब्लैंकेट आई ब्लैंकेट ब्लैंकेट दिलराज ओमनप्रीत तेरी किस तरह दी है इधर दिखा। ए ओमनप्रीत दी शहबाज जी चेतन दी सेम आ कुछ चॉकलेट आ कुछ ड्राई फ्रूट्स आ हरियाँ इलाचियाँ
नहीं कालिया भी होंगे पूरी पूरी आऊगी ज्यादा नहीं है क्वीन साइज क्वीन साइज है क्वीन साइज किंग साइज नहीं है पर बहुत हैवी है बहुत प्यारी है सो लवली दसना किस तरह की लगी है ये है ब्लैंकेट टाइप आ गरम आ जाने के ये दादी ये छोटा कपड़ा तो केड़ा लगता है ये मेरा शॉल आ शॉल सा ना लगे नहीं ना हाँ क्या बात है जेदा ना बंदा शॉल अज नैक्सट मॉर्निंग बच्चे चले गए स्कूल तो असी कर लगे एक होर गिफ्ट की ओपनिंग जो खुद बाय किया वह भी गिफ्ट ही होंगे है ना गिफ्ट किसी ने तो देना नहीं आप ही खुद बाय करके लिया होगा कि लिया दिखाने इस बॉक्स को देख के तुम समझ ही गए होवोगे कि की आया है इन हम आप करते हैं ओपन बोले सोने सत श्री अकाल खिलर गए सारे असी वाले न्यू गैन स्टॉप लिया एक चीज दिखाव इतने मिरर फेस भी दिखता है देखो मैं तो खाना बनाते बनाते अपना जो फेस देखना चाहते भी देख सकते हैं क्लासिक मास्टर शेफ के तीन बर्नर आ सब तो व्डा उस तो छोटा तो यह है सब तो छोटा बाकी बारे हाली मैं कोई ज़्यादा है नहीं गी तो तुम बाद डिटेल जी बाद दसागे यूज करके क्योंकि उन्होंने जो मर्जी दसन पर पता तो यूज करके लगता है तो असी दसना कि साडा ये किस तरह का लगे पहले साढ़े ए वाले सीगे हिटाची लिविंग सिस्टम दे टोक्यो जापान तो इन्हां दे जिहड़े दो बर इन्हां दे बर्नर है सेम होंदे आ इन्हां च कोई फर्क नहीं सी यह बिल्कुल खराब हो गया यह टुट गया इस करके सानूं चेंज करने पे बल्दे बल्दे बंद हो जाते हैं एक जी पाइपलाइन जिथे लगती है ना उत्थे नहीं लगती सही इस करके असं चेंज कर दिता कट कर एक इस बर्नर सेट कर उस है ना ये बर्नर भी वेला पित्तल दे लोहे ओदा कर सेम एक ये साढ़े जेड़े आ गैस स्टॉप ही कहते जो भी आ चुले पंजाबी विच गैंसी चुले नाले अस है की नहीं हों सेम ही होया वे पुत आवाज दे जाता ये क्यों है की कहता शहबाज शहबाज दो दो पैकेट चीजियां खा रहा बहुत सोहनी हवा चल रही है ठंडी ठंडी इधर शहबाज सिंह की कर रहा है शहबाज सिंह रोटी खाते टाइम की खा रहा क्यों मंजा डाह दिए की कानू क्यों लगा
ਤੁਸੀਂ ਕਿਹਾ ਮੈਂ ਤਾਂ ਡਾਈਏ ਹਾਂ ਤੁਸੀਂ ਕਿਹਾ ਤਾਂ ਡਾਈਏ ਨਹੀਂ ਥੱਲੇ ਚੜਾ ਮੰਡਾ ਥੱਲੇ ਕਰ ਦਿੰਨੇ ਆ ਜੀ ਜੋ ਹੁਕਮ ਮੈਂ ਨੇਰੀ ਆਉਣ ਲੱਗੀ ਆ ਨਹੀਂ ਹਾਂ ਹਵਾ ਆਉਂਦੀ ਆ ਠੰਡੀ ਠੰਡੀ ਹੁਣ ਬੜੀ ਗਰਮੀ ਸੀ ਅੱਜ ਹਾਂਜੀ ਆ ਵੇਖੋ ਦਿਲਰਾਜ ਕੌਰ ਅੱਛਾ ਇੱਕ ਦਿਲਰਾਜ ਦੀ ਚੀਜ਼ੀ ਆ ਅੱਛਾ ਬਾਜ ਦੀ ਫਿਨਿਸ਼ ਹੋ ਗਈ ਤੇ ਮੇਰੀ ਡੈਡੀ ਓਏ ਸ਼ਹਿਬਾਜ਼ ਕੀ ਆ ਤੁਹਾਨੂੰ ਮੈਂ ਆਪਣੀ ਟਿਓ ਪੈਰੀ ਦਿਖਾਉਂਦੀ ਹਾਂ ਆ ਬਣਾਈ ਆ ਹਾਰ ਟਿਓ ਪੈਰੀ ਬਣਨੀ ਆ ਇਹ ਥੋੜ੍ਹੀ ਥੋੜ੍ਹੀ ਇਸ ਤਰ੍ਹਾਂ ਨਾਲ ਨਾਲ ਲਾ ਕੇ ਫਿਰ ਤੂੰ ਪੂਰੀ ਇੱਥੋਂ ਤੱਕ ਆ ਜੂਗੀ ਇੱਕ ਇਹ ਵਾਲੀ ਆ ਇਹ ਬੋਨਸਾਈ ਟ੍ਰੀ ਆ ਜਿਹਦੀਆਂ ਮੈਂ ਦੋ ਬ੍ਰਾਂਚਿਸ ਰੱਖੀਆਂ ਹੋਈਆਂ ਆ ਇੱਕ ਨਾਲ ਵੈਸੇ ਕਟਿੰਗ ਲਾਈ ਸੀਗੀ ਇਹ ਵੀ ਹੋ ਗਈ ਇਹਨੂੰ ਬੋਨਸਾਈ ਟ੍ਰੀ ਬਣਾਵਾਂਗੇ ਆਪਾਂ ਅਤੇ ਇੱਧਰ ਆਪਣੀ ਪੀਕੋਕ ਚਿਓ ਪੈਰੀ ਜਿਹੜੀ ਆ ਇਹ ਰੈਡੀ ਹੋ ਚੱਲੀ ਆ ਅਤੇ ਥੋੜ੍ਹੀ ਕੁ ਫਿਨਿਸ਼ਿੰਗ ਜਿਹੜੀ ਆ ਉਹ ਆਉਣ ਵਾਲੀ ਰਹਿ ਗਈ ਆ ਬਾਕੀ ਆਲਮੋਸਟ ਜਿਹੜੀ ਹੈ ਤਿਆਰ ਹੈਗੀ ਆ ਜ਼ਿਆਦਾ ਕੇਅਰਿੰਗ ਹੋ ਜਾਣੀ ਸ਼ੇਅਰਿੰਗ ਇਸ ਕੇਅਰਿੰਗ ਸ਼ਹਿਬਾਜ਼ ਓਏ ਸ਼ਹਿਬਾਜ਼ ਕੀ ਖਾਣਾ ਆ ਇਹ ਕੰਮਾਂ ਨੂੰ ਆਉਂਦਾ ਮੰਜਾ ਡਾ ਦਿਓ ਦਿਲਾਜ ਕੇ ਮੇਰੇ